ਕਿਸਾਨ ਭਰਾਵੋ, ਸਤਿ ਸ਼੍ਰੀ ਅਕਾਲ। ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਅਕਸਰ ਤੁਹਾਨੂੰ ਅਜਿਹੇ ਕਿਸਾਨਾਂ ਨਾਲ, ਮਿਹਨਤੀ ਕਿਸਾਨਾਂ ਨਾਲ, ਜਜ਼ਬੇ ਵਾਲੇ ਕਿਸਾਨਾਂ ਨਾਲ ਜੋ ਕੁਛ ਵੱਖਰਾ ਕਰਦੇ ਆ ਉਹਨਾਂ ਨਾਲ ਮਿਲਾਉਂਦਾ ਰਹਿੰਦਾ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਇੰਟਰਵਿਊ ਕਰਦੇ ਹਾਂ ਕਿ ਕੁਛ ਤੁਹਾਨੂੰ ਵੀ ਨਵਾਂ ਸਿੱਖਣ ਨੂੰ ਮਿਲੇ ਅਤੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਇਹੋ ਜਿਹੀ ਉਤੇਜਨਾ, ਕੋਈ ਇਹੋ ਜਿਹੀ ਚਿੰਗਾਰੀ ਲੱਗੇ ਕਿ ਤੁਸੀਂ ਕੁਝ ਨਵਾਂ ਕਰੋ। ਕਿਸਾਨੀ ਦੇ ਜਿਹੜਾ ਸੈਕਟਰ ਆ, ਜਿਹੜਾ ਘਾਟਿਆ ਸੈਕਟਰ ਬਣਨ ਜਾ ਰਿਹਾ, ਬਣਿਆ ਹੋਇਆ, ਅਤੇ ਆਪਾਂ ਉਹਦੇ ਵਿੱਚ ਕੁਛ ਨਵਾਂ ਕਰਕੇ ਕਿਸਾਨਾਂ ਨੂੰ ਉਤੇਜਨਾ ਪੈਦਾ ਕਰੀਏ ਅਤੇ ਉਹਨਾਂ ਦੇ ਲਈ ਕੁਛ ਨਵਾਂ ਕਰਕੇ ਆਪਾਂ ਜਿਹੜਾ ਇਹਨੂੰ ਇੱਕ ਫਾਇਦੇਮੰਦ ਜਿਹੜਾ ਸਾਧਨ ਉਹ ਬਣਾਉਣ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਹੀ ਇੱਕ ਆਪਣੇ ਨਾਲ ਅੱਜ ਮਿਹਨਤੀ ਕਿਸਾਨ ਵੀਰ ਮੌਜੂਦ ਆ, ਜਿਹਨਾਂ ਦਾ ਨਾਂ ਜਸਵਿੰਦਰ ਸਿੰਘ ਆ, ਅਤੇ ਉਹਨਾਂ ਨੇ ਨਰਸਰੀ ਦਾ ਕੰਮ ਕੀਤਾ ਹੋਇਆ। ਤੁਸੀਂ ਅਕਸਰ ਸੁਣਿਆ ਹੋਵੇਗਾ ਸਰਾਂ ਨਰਸਰੀ, ਪੁਰਾਣੀ ਸਰਾਂ ਨਰਸਰੀ, ਪਿੰਡ ਰਾਮੇਆਣਾ, ਜੈਤੋਂ ਤੋਂ 11 ਕਿਲੋਮੀਟਰ ਆ, ਅਤੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਇਹ ਪਿੰਡ ਪੈਂਦਾ ਹੈਗਾ। ਤੁਸੀਂ ਉਹਨਾਂ ਦਾ ਫਾਰਮ ਵੀ ਦੇਖੋਗੇ, ਕਿਹੜੀ ਕਿਹੜੀ ਨਰਸਰੀ ਤਿਆਰ ਕਰਦੇ ਆ, ਕੀ ਉਹਨਾਂ ਦਾ ਮਾਇੰਡ ਵਿਜੀਬਲ ਆ, ਕਿੱਦਾਂ ਉਹਨਾਂ ਨੇ ਕੰਮ ਸਟਾਰਟ ਕੀਤਾ, ਇਸ ਲੈਵਲ ਤੱਕ ਲੈ ਕੇ ਆਏ ਆ ਕਿ ਜਿਵੇਂ ਆਮ ਆਪਣੇ ਭਾਰੀ ਮੇਲੇ ਲੱਗਦੇ ਆ, ਉਹਨਾਂ ਮੇਲਿਆਂ ਦੇ ਮੁਕਾਬਲੇ ਦਾ ਇਕੱਠ ਇਹਨਾਂ ਦੇ ਖੇਤ ਦੇ ਵਿੱਚ ਹੋ ਜਾਂਦਾ। ਕਿਉਂ ਹੋ ਜਾਂਦਾ? ਕਿਉਂਕਿ ਫਾਰਮਰ ਆ ਜਿਹੜੇ ਉਹ ਕੁਆਲਿਟੀ ਦੀ ਤਲਾਸ਼ ਵਿੱਚ ਆਪਣੇ ਖੇਤਾਂ ਦੇ ਵਿੱਚ ਜੋ ਸਬਜ਼ੀਆਂ ਦਾ ਕੰਮ ਕਰਦੇ ਆ, ਜਾਂ ਟ੍ਰੈਡੀਸ਼ਨਲ ਸਬਜ਼ੀਆਂ ਲੱਗਦੀਆਂ, ਸੀਜ਼ਨਲ ਸਬਜ਼ੀਆਂ ਲੱਗਦੀਆਂ, ਉਹਨਾਂ ਦੇ ਵਿੱਚ ਜਿੰਨੇ ਵੀ ਵਧੀਆ ਦੀ ਕੁਆਲਿਟੀ ਹੁੰਦੀ ਆ, ਜਿਹੜੇ ਵੀਰ ਕੁਆਲਿਟੀ ਦੀ ਪਨੀਰੀ ਪੈਦਾ ਕਰਦੇ ਆ, ਉਹਨਾਂ ਦੇ ਵਿੱਚ ਇਹਨਾਂ ਦਾ ਸਿਰਮੌਰ ਨਾਮ ਆ। ਅਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਜਸਵਿੰਦਰ ਸਿੰਘ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਧੰਨਵਾਦ ਜੀ। ਤੁਸੀਂ ਆਪਣੇ ਫਾਰਮ ਬਾਰੇ ਦੱਸੋ ਪਹਿਲਾਂ, ਤੁਸੀਂ ਇਹ ਕਦੋਂ ਤੋਂ ਸਟਾਰਟ ਕੀਤਾ, ਅਤੇ ਜਿਹੜਾ ਹੁਣ ਤੁਸੀਂ ਵੱਡੇ ਲੈਵਲ 'ਤੇ ਕਿਸਾਨਾਂ ਦੇ ਲਈ ਨਰਸਰੀ ਤਿਆਰ ਕਰਨ ਦਾ ਕੰਮ ਕਰਦੇ ਹੋ, ਅਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਕਿਵੇਂ ਹੱਲਾਸ਼ੇਰੀ ਮਿਲੀ ਹੈ ਜੀ? ਇਹ ਵੀਰ ਜੀ, ਆਪਾਂ 2013 ਤੋਂ ਇੱਕ ਕਨਾਲ ਨਰਸਰੀ ਲਾ ਕੇ ਠੀਕ ਹੈ ਜੀ ਸ਼ੁਰੂਆਤ ਕੀਤੀ ਸੀਗੀ। ਅੱਜ ਤੋਂ 7 ਸਾਲ ਪਹਿਲਾਂ? ਹਾਂਜੀ। ਠੀਕ ਹੈ ਜੀ। ਕਾਹਦੀ ਨਰਸਰੀ ਲਾਈ ਸੀ? ਉਦੋਂ ਪਿਆਜ਼ ਦੀ ਲਾਈ ਸੀ ਇਕੱਲੇ ਜੀ। ਠੀਕ ਹੈ ਜੀ। ਪਿਆਜ਼ ਦੀ ਸੀ ਅਤੇ ਕਰੀਬ 1.5 ਪੌਣਾ ਕਿੱਲਾ ਭਾਵ ਦੇ ਵਾਸਤੇ ਪਿਆਜ਼ ਲਾਏ ਸੀ। ਠੀਕ ਹੈ ਜੀ। ਟ੍ਰਾਇਲ ਕੀਤਾ ਸੀ, ਉਹ ਪਿਆਜ਼ ਤੋਂ ਹੀ ਹੰਗਾਰਾ ਮਿਲਿਆ। ਠੀਕ ਹੈ ਜੀ। ਬਹੁਤ ਸੋਹਣਾ, ਮਤਲਬ ਤੁਸੀਂ ਹਿਸਾਬ ਕਿਤਾਬ ਲਾ ਲਿਆ ਵੀ ਇੰਨਾ ਕੁ ਖਰਚਾ ਹੋਊ ਅਤੇ ਆਪਾਂ ਨੂੰ ਫਾਇਦਾ ਹੋਇਆ। ਹਾਂਜੀ ਹਾਂਜੀ। ਠੀਕ ਹੈ ਜੀ। ਉਦੋਂ ਬਾਅਦ ਫਿਰ? ਉਦੋਂ ਬਾਅਦ ਅਗਲੇ ਸਾਲ ਤੋਂ ਮੰਨ ਲਓ ਆਪਾਂ 1 ਏਕੜ ਪਿਆਜ਼ ਦੀ ਨਰਸਰੀ ਲਾ ਕੇ। ਠੀਕ ਹੈ ਜੀ। ਅਤੇ ਪਿੰਡਾਂ ਦੇ ਵਿੱਚ ਇਸ਼ਤਿਹਾਰ ਲਾ ਤੇ, ਜਿਵੇਂ ਆਪਣੇ ਸੋਸਾਇਟੀ ਹੋ ਗਈ ਜਿੱਥੇ ਕਿਸਾਨਾਂ ਦਾ ਆਉਣਾ ਜਾਣਾ ਸੀ। ਹਾਂਜੀ ਹਾਂਜੀ। ਮਿਸਤਰੀਆਂ ਕੋਲੇ ਜਾਂ ਹੋਰ ਸਾਰੇ। ਠੀਕ ਹੈ ਜੀ। ਉਹਦੇ ਨਾਲ ਫਿਰ ਜਿਮੀਦਾਰ ਨੂੰ ਵਧੀਆ ਲੱਗੇ ਉਹ ਪਿਆਜ਼ ਸਾਰੀ, 1 ਕਿੱਲਾ ਆਪਣੀ ਸੇਲ ਹੋ ਗਈ ਸੀ 14 ਦੇ ਵਿੱਚ। ਠੀਕ ਹੈ ਜੀ। ਉਦੋਂ ਬਾਅਦ ਕਿੱਲਾ ਕਿੱਲਾ ਕਰਕੇ ਵਧਾਈ ਜਾਂਦੇ, ਕੁਛ ਥੋੜ੍ਹੇ ਜਿਹਾ ਮਤਲਬ ਸੇਲ ਵਧੀ ਜਾਂਦੀ ਹੈ ਕਿਸਾਨਾਂ ਨਾਲ ਚੰਗਾ ਰਿਜ਼ਲਟ ਕਰਕੇ। ਠੀਕ ਹੈ। ਨਾਲ ਮਿਹਨਤ ਕਰੀ ਜਾਂਦੇ, ਪੋਸਟਰ ਵਗੈਰਾ ਲਾਈ ਜਾਂਦੇ ਪਿੰਡਾਂ ਦੇ ਵਿੱਚ। ਹਾਂਜੀ। ਕਿਸਾਨ ਭਰਾਵੋ, ਇੱਕ ਆਪਾਂ ਚੀਜ਼ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਉਸ ਬੰਦੇ ਦੇ ਪੈਰ ਲੱਗਦੇ ਆ ਜਿਹੜਾ ਮਾਰਕੀਟ ਦੇ ਵਿੱਚ ਕੁਆਲਿਟੀ ਪੈਦਾ ਕਰਦਾ, ਪਰ ਜਿੱਥੇ ਵੀਰ ਕੁਆਲਿਟੀ ਪੈਦਾ ਕਰਦੇ ਆ ਉੱਥੇ ਗਾਈਡੈਂਸ ਵੀ ਪੈਦਾ ਕਰਦੇ ਆ। ਇਹਨਾਂ ਦੇ ਆਪਣੇ ਇਸ਼ਤਿਹਾਰਾਂ ਦੇ ਵਿੱਚ ਕੁਛ ਖਾਸ ਨੁਕਤੇ, ਕੁਛ ਖਾਸ ਗੱਲਾਂ ਜਿਹੜੀਆਂ ਕਿਸਾਨਾਂ ਨੂੰ ਵਰਤਣੀਆਂ ਜ਼ਰੂਰੀ ਹੁੰਦੀਆਂ, ਕਿਉਂਕਿ ਵੇਚਣ ਨੂੰ ਤਾਂ ਮਟੀਰੀਅਲ ਵੇਚਣਾ ਤਾਂ ਜਿਹੜਾ ਚੰਗਾ ਮਟੀਰੀਅਲ ਉਹਨੂੰ ਵਿਕਣ 'ਚ ਪ੍ਰੋਬਲਮ ਨਹੀਂ ਆਉਂਦੀ ਹੈਗੀ, ਪਰ ਵਿਕਣ ਤੋਂ ਬਾਅਦ ਉਸ ਜਿਹੜੇ ਬੰਦੇ ਨੇ ਸਮਾਨ ਲਿਆ ਹੁੰਦਾ ਉਹ ਵਾਰੀ ਵਾਰੀ ਉਸ ਜਗ੍ਹਾ 'ਤੇ ਆਵੇ, ਇਸ ਲਈ ਜ਼ਰੂਰੀ ਹੁੰਦਾ ਕਿ ਉਸ ਚੀਜ਼ ਦੀ ਕੁਆਲਿਟੀ ਵੀ ਹੋਵੇ ਅਤੇ ਉਸ ਬੰਦੇ ਦਾ ਵਰਤੀਰਾ ਸਹੀ ਹੋਵੇ, ਜਿਹੜੀ ਕਿ ਮੈਂ ਇਸ ਫਾਰਮ ਦੇ ਵਿੱਚ ਨੋਟ ਕੀਤੀ ਹੈ। ਵੀਰ, ਜਿਹੜੀ ਤੁਸੀਂ ਇਸ਼ਤਿਹਾਰਾਂ ਦੇ ਵਿੱਚ ਨੁਕਤੇ ਛਪਾ ਕੇ ਲਾ ਦਿੰਦੇ ਹੋ ਵੀ ਇੱਦੋਂ ਪਹਿਲਾਂ ਪਿਆਜ਼ ਨਹੀਂ ਲਾਉਣਾ ਹੈਗਾ, ਇੱਦੋਂ ਪਹਿਲਾਂ ਇਹ ਗੋਭੀ ਦੀ ਪਨੀਰੀ ਨਹੀਂ ਲਾਉਣੀ ਹੈਗੀ, ਉਹਦਾ ਤੁਹਾਡਾ ਕੀ ਮਕਸਦ ਹੁੰਦਾ ਜੀ? ਉਹ ਆਪਣਾ ਆਪਦੇ ਖੇਤ ਦੇ ਵਿੱਚ ਟ੍ਰਾਇਲ ਕੱਢਿਆ ਨਾ, ਜੋ ਹੁਣ ਆਪਣੇ ਨਵੇਂ ਸੀਡ ਆ ਗਏ। ਮਤਲਬ ਤੁਸੀਂ ਘੱਟ ਖਾਧੇ ਆ ਉਹ? ਹਾਂ ਜੀ। ਉਹ ਤੁਹਾਡਾ ਜਿਹੜਾ ਫਾਰਮਰ ਟੱਚ ਹੋ ਰਿਹਾ ਉਹ ਲਗਾਤਾਰ ਤੁਹਾਡੇ ਨਾਲ ਜੁੜਿਆ ਰਹੇ ਤੇ ਜਿਹੜਾ ਉਹ ਘਾਟਾ ਨਾ ਖਾਵੇ। ਹਾਂਜੀ। ਉਹ ਫਿਰ ਆਏ ਹੁੰਦਾ ਜਿਮੀਦਾਰ ਨੂੰ ਪਤਾ ਨਹੀਂ, ਹੁਣ ਜਿਵੇਂ ਆਮ ਨੋਰਮਲ ਕਹਿ ਦਿੰਦੇ ਜੀ ਕਿਲੋ ਮਰਲੇ ਲਈ ਪਟਾਸ਼ ਪਾ ਦੇਗੀ। ਅੱਛਾ ਜੀ। ਤੇ ਉਹਦਾ ਕਿੱਲੇ ਦੀ 1 ਕੁਇੰਟਲ 60 ਕਿਲੋ ਹੋ ਗਈ। ਹਾਂਜੀ। ਰਿਕਮੈਂਡੇਸ਼ਨ ਹੈਗੀ 20 ਤੋਂ 25 ਕਿਲੋ। ਠੀਕ ਹੈ ਜੀ। ਫਿਰ ਪਿਆਜ਼ ਆਪਾਂ ਖਾਣੇ ਆ, ਜੇ ਖਾਵਾਂਗੇ ਤਾਂ ਫਿਰ ਬਿਮਾਰ ਵੀ ਹੋਵਾਂਗੇ ਤਾਂ ਕੁਆਲਿਟੀ ਵੀ। ਠੀਕ ਹੈ ਜੀ। ਹਾਂਜੀ। ਕਿ ਨਾਲੇ ਇਹ ਵੀ ਕਹਿੰਦੇ ਆ ਵੀ ਕੋਈ ਵੀ ਚੀਜ਼ ਆ ਭਾਵੇਂ ਚੰਗੀ ਆ ਮਾੜੀ ਆ, ਉਹ ਬਹੁਤਾਂਤ ਦੇ ਵਿੱਚ ਤਾਂ ਮਾੜੀ ਹੀ ਗਿਣੀ ਜਾਂਦੀ ਹੈ। ਕਿਸਾਨ ਭਰਾਵੋ, ਜਿੱਥੇ ਇਹ ਗੰਢਿਆਂ ਦੀ ਨਰਸਰੀ ਤਿਆਰ ਕਰਦੇ ਆ,
ਅਗੇਤਾ ਗੰਢਾ, ਟਾਈਮ ਸਿਰ ਲੱਗਿਆ ਗੰਢਾ, ਪਛੇਤਾ ਗੰਢਾ ਜਿਹੜਾ ਕਿ ਸਟੋਰ ਕੀਤਾ ਜਾ ਸਕਦਾ ਜਾਂ ਕੱਚਾ ਵਿਕਦਾ ਜਾਂ ਜਿਹਦੀ ਸਟੋਰੇਜ ਘੱਟ ਹੁੰਦੀ ਆ ਪਰ ਪੱਟਣ ਤੋਂ ਬਾਅਦ ਤੁਰੰਤ ਵਿਕ ਜਾਂਦਾ। ਅਜਿਹੇ ਹੀ 4-5 ਕਿਸਮਾਂ ਦਾ ਇਹ ਪਿਆਜ਼ ਦੀ ਨਰਸਰੀ ਤਿਆਰ ਕਰਦੇ ਆ ਅਤੇ ਉਹਦੇ ਜ਼ਰੂਰ ਚਾਨਣਾ ਪਾ ਦਿਓ। ਕਿਹੜੀ ਕਿਹੜੀ ਵਰਾਇਟੀ ਤਿਆਰ ਕਰਦੀ? ਹਾਂਜੀ, ਨਾਸਕਲੀਆਂ ਹੋ ਗਈਆਂ ਤਿੰਨ ਦਾ, ਲਾਈਟ ਰੈੱਡ, ਠੀਕ ਹੈ, ਡਾਰਕ ਰੈੱਡ, ਠੀਕ ਹੈ, ਇੱਕ ਦਰਮਿਆਨਾ ਜਾ ਗਿਆ ਪੂਨਾ ਅਫਸਰ ਸੰਗੀ 652, ਠੀਕ ਹੈ, 3 ਕਹਿੰਦੇ। ਹਾਂਜੀ, ਅਤੇ ਯੂਨੀਵਰਸਿਟੀ ਦੇ ਵੀ ਆਪਣੇ ਆ ਗਏ ਸਭ ਤੋਂ ਪੁਰਾਣਾ ਪੰਜਾਬ ਨਰੋਆ, ਠੀਕ ਹੈ, PR06, PR07, ਇੱਕ ਦੇਸੀ ਵਰਾਇਟੀ ਭਾਵ ਤਿਆਰ ਕੀਤੀ, ਉਹ ਵੀ ਹੈਗਾ ਜੀ। ਬਾਕੀ ਹਾਈਬ੍ਰਿਡ ਪਹਿਲਾਂ ਚੱਲੀ ਜਾਂਦੇ। ਠੀਕ ਹੈ, ਆਪਾਂ ਜਿਵੇਂ ਆਪਾਂ ਨਰਸਰੀ ਨੂੰ ਥੋੜ੍ਹਾ ਝੋਨੇ ਨਾਲ ਹੀ ਕੰਪੇਅਰ ਕਰ ਲਈਏ ਵੀ ਉਹਦੀ ਵੀ ਆਪਾਂ ਪਨੀਰੀ ਤਿਆਰ ਕਰਦੇ ਹਾਂ, ਨਰਸਰੀ ਤਿਆਰ ਕਰਦੇ ਹਾਂ, ਉਹੀ ਮਤਲਬ 30-40 ਦਿਨ ਦੀ ਆਪਾਂ ਨਰਸਰੀ ਲਾ ਦਿੰਦੇ ਹਾਂ ਅਤੇ 4.5 ਮਹੀਨੇ ਆਪਣੇ ਖੇਤ ਦੇ ਵਿੱਚ ਝੋਨਾ ਲੈ ਜਾਂਦਾ। ਇਹ ਪਿਆਜ਼ ਦਾ ਕੀ ਹਿਸਾਬ ਕਿਤਾਬ ਹੁੰਦਾ ਕਿ ਇਹ ਇਹਦਾ ਕਿੰਨਾ ਕੁ ਖਰਚਾ ਹਿਸਾਬ ਕਿਤਾਬ ਆਉਂਦਾ ਵੀ ਆਪਾਂ ਪਨੀਰੀ ਮੁੱਲ ਲੈ ਕੇ ਲਾਉਣੇ ਆ ਅਤੇ ਇਹ ਕਿੰਨੇ ਦਿਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਅਤੇ ਉਹ ਤੋਂ ਬਾਅਦ ਕਿੰਨਾ ਟਾਈਮ ਖੇਤ ਦੇ ਵਿੱਚ ਲੈਂਦੀ? ਇਹ 50-55 ਦਿਨ ਦੀ ਨਰਸਰੀ ਤਿਆਰ ਹੋ ਜਾਂਦੀ ਹੈ, ਠੀਕ ਹੈ ਜੀ, ਅਤੇ ਟਰਾਂਸਪਲਾਂਟ ਕਰਨ ਤੋਂ ਬਾਅਦ 95-110 ਦਿਨ ਲੈਂਦੇ ਖੇਤ ਦੇ ਹਿਸਾਬ ਨਾਲ, ਠੀਕ ਹੈ ਜੀ। ਇੰਨਾ ਟਾਈਮ ਮਤਲਬ ਕਿ ਮਿਡ ਮਈ ਤੱਕ ਕੰਮ ਚਲਾ ਜਾਂਦਾ? ਹਾਂਜੀ, ਮਈ ਦੇ ਵਿੱਚ ਜਾ ਕੇ ਪਟਾਈ ਹੁੰਦੀ ਹੈ? ਹਾਂਜੀ, ਹਾਂ 25 ਤੱਕ ਪਟਾਈ ਹੋ ਜਾਂਦੀ, ਠੀਕ ਹੈ ਜੀ। ਇੱਕ ਇਹਦਾ ਲਵਾਈ ਦੇ ਸਮਾਂ ਵੀ ਕੋਈ ਜ਼ਿਆਦਾ ਮਹੱਤਵ ਰੱਖਦਾ ਵੀ ਕਈ ਫਾਰਮਰ ਨੂੰ ਪ੍ਰੋਬਲਮ ਆਉਂਦੀ ਹੈ ਵੀ ਮੇਰੇ ਤਾਂ 50 ਕੁਇੰਟਲ ਨਹੀਂ ਹੋਏ ਅਤੇ ਦੂਜਾ 125 ਕੁਇੰਟਲ ਕੱਢ ਗਿਆ ਜਾਂ 90 ਕੁਇੰਟਲ ਕੱਢ ਗਿਆ ਅਤੇ ਗਨੇਰ ਘੱਟ ਬਣੀ ਜਾਂ ਨਿਸਾਰੂ ਗੰਢਾ ਘੱਟ ਹੋਇਆ, ਉਹਦਾ ਕੀ ਕਾਰਨ ਮੰਨਦੇ ਹੋ? ਉਹਦੇ ਕਾਰਨ ਮੇਨ ਜਿਹੜੀ ਨਰਸਰੀ ਗੇਤੀ ਆਪਾਂ ਬੀਜਦੀਏ, ਹਾਂਜੀ, ਅਤੇ ਅਗੇਤੀ ਪਿਆਜ਼ ਸੇਲ ਕਰਦੇ ਲੱਗ ਜਾਣ, ਮੰਨ ਲਓ ਦਸੰਬਰ ਦੇ ਵਿੱਚ ਲੱਗ ਜਾਣ, ਠੀਕ ਹੈ ਜੀ, ਅੱਧ ਦਸੰਬਰ ਤੋਂ ਪਹਿਲਾਂ ਉਹ ਜੀ ਕੰਪਲੀਟ ਆ ਜਾਂਦੀ ਹੈ, ਠੀਕ ਹੈ ਜੀ। ਦੂਜਾ ਲੋੜ ਤੋਂ ਵੱਧ ਯੂਰੀਆ, ਜਿਵੇਂ ਪਹਿਲੀ ਯੂਰੀਆ ਲਾਉਣ ਤੋਂ 30 ਦਿਨ, ਹਾਂਜੀ, ਅਤੇ ਦੂਜੀ 45 ਦਿਨ, 45 ਦਿਨਾਂ ਤੋਂ ਜੇ ਟੈਂਪਰੇਚਰ ਜ਼ਿਆਦਾ ਹੈ, ਹਾਂਜੀ, ਤਾਂ ਯੂਰੀਆ ਨਹੀਂ ਦੇਣੀ ਆਪਾਂ, ਕੈਲਸ਼ੀਅਮ ਨਾਈਟ੍ਰੇਟ ਦੇਣੇ, ਓਕੇ, ਉਹ ਗੱਲਾਂ ਜੇ ਆਪਾਂ ਨਹੀਂ ਦੱਸਦੇ ਜਿਹੜੇ ਕਿਸਾਨ ਰਹਿ ਜਾਂਦੇ ਸੁਣਨ ਵੱਲੋਂ, ਉਹਨਾਂ ਦੀ ਕੰਪਲੇਂਟਾਂ ਆਉਂਦੀਆਂ, ਠੀਕ ਹੈ। ਕਿਸਾਨ ਭਰਾਵੋ, ਕੱਬ ਭਾਵੇਂ ਪਹਿਲੀ ਵਾਰ ਕਰੀਏ ਭਾਵੇਂ ਵਾਰੀ ਵਾਰ ਵਰਕ ਕਰੀਏ, ਪਰ ਉਹਨੂੰ ਇੰਨਾ ਕੁ ਰਿਫਾਈਨ ਕਰ ਲੈਣਾ ਚਾਹੀਦਾ ਕਿ ਆਪਣੇ ਖਰਚੇ ਆ ਜਿਹੜੇ ਉਹ ਕੰਟਰੋਲ ਹੋਣ ਅਤੇ ਆਪਾਂ ਨੂੰ ਵਧੀਆ ਮੁਨਾਫਾ ਹੋਵੇ। ਜਿੱਥੋਂ ਇਹ ਤੁਹਾਨੂੰ ਨਰਸਰੀ ਪ੍ਰੋਵਾਈਡ ਕਰਾਉਂਦੇ ਆ, ਇੱਕ ਸਰਵਿਸ ਦਿੰਦੇ ਆ, ਇੱਕ ਤੁਹਾਨੂੰ ਬੂਟੇ ਤਿਆਰ ਕਰਕੇ ਦਿੰਦੇ ਆ, ਉੱਥੇ ਨਾਲ ਤੁਹਾਨੂੰ ਇਹ ਗਾਈਡੈਂਸ ਜਿਹੜਾ ਇਨਫੋਰਮੇਸ਼ਨ ਦਾ ਜਾਂ ਆਪਾਂ ਕਹੀਏ ਵੀ ਜਾਣਕਾਰੀ ਦਾ ਸਰੋਤ ਦਾ ਵੀ ਕੰਮ ਕਰਦੇ ਆ। ਤੁਸੀਂ ਇਹਨਾਂ ਦਾ ਫੋਨ ਨੰਬਰ ਵੀ ਲੈ ਸਕਦੇ ਹੋ ਵੀਰ ਜੀ, ਫੋਨ ਨੰਬਰ ਤੁਸੀਂ ਦੱਸ ਸਕਦੇ ਹੋ? ਹਾਂਜੀ, ਇਹ ਹੈਗਾ ਜੀ 70-875-52-250, ਠੀਕ ਹੈ ਜੀ। ਮੈਂ ਥੋੜ੍ਹਾ ਜਿਹਾ ਤੁਹਾਨੂੰ ਰੋਕਣਾ ਚਾਹਾਂਗਾ, ਜਿਹੜੀਆਂ ਗੰਢੇ ਦੀਆਂ ਤੁਸੀਂ 5-6 ਨਰਸਰੀਆਂ ਪਨੀਰੀਆਂ ਤਿਆਰ ਕਰਦੇ ਹੋ, ਇਹਨਾਂ ਦੀ ਲਵਾਈ ਦਾ ਸਮਾਂ ਸਹੀ ਕੀ ਹੈ ਜੀ? ਇਹ ਸਹੀ ਤਾਂ 1 ਜਨਵਰੀ ਤੋਂ ਪੂਰੀ ਜਨਵਰੀ ਹੈ ਜੀ। ਠੀਕ, ਮਤਲਬ ਸਿਆਲ ਦਾ ਜਿਹੜਾ ਪਹਿਲਾ ਮਹੀਨਾ ਜਾਂ ਜਨਵਰੀ ਦਾ ਪੂਰਾ ਮਹੀਨਾ ਜਿਹੜਾ ਇਹਨੂੰ ਸਹੀ ਸੂਟ ਕਰਦਾ ਹੈ। ਜੇ ਜ਼ਿਆਦਾ ਗੇਤਾ ਲੱਗ ਜੇ ਫਿਰ ਦਿੱਕਤ? ਹਾਂ, ਫਿਰ ਇਹ ਨਸਾਰੇ ਦੀ ਹੈ ਜਿਹੜੀ ਗੰਢੇ ਲਾ ਜਾਂਦੀ। ਠੀਕ ਹੈ ਜੀ, ਮਤਲਬ ਗੰਢਾ ਪੂਰਾ ਨਹੀਂ ਬਣਦਾ ਹੈਗਾ? ਨਹੀਂ ਬਣਦਾ, ਹਾਂ, ਲੋੜ ਤੋਂ ਪਹਿਲਾਂ ਹੀ, ਮੰਨ ਲਾ ਟਾਈਮ ਤੋਂ ਪਹਿਲਾਂ ਜਦੋਂ ਗੰਢੇ ਲਾ ਗਈ ਤਾਂ ਉਹ ਵਿੱਚੋਂ ਮੋਟੀਆਂ ਭੂਕਾਂ ਬਣ ਜਾਂਦੀਆਂ, ਉਹ ਗੰਢਾ ਗਰੋਥ ਹੀ ਨਹੀਂ ਕਰਦਾ, ਨਾ ਹੀ ਉਹ ਫਿਰ ਕਿਸੇ ਕੰਮ ਵਾਲੀ ਚੀਜ਼ ਬਣਦੀ। ਠੀਕ ਹੈ ਜੀ, ਜਿਹੜੇ ਕਿਸਾਨ ਭਰਾ ਥੋੜ੍ਹਾ ਜਿਹਾ ਆਪਾਂ ਨੂੰ ਅੱਜ ਕੱਲ੍ਹ ਕਿਸਾਨ ਇੱਧਰ ਜ਼ਿਆਦਾ ਵਧੇ ਆ ਕਿ ਘੱਟੋ ਘੱਟ ਆਪਣੇ ਲਈ, ਆਪਣੇ ਰਿਸ਼ਤੇਦਾਰਾਂ ਲਈ ਜਾਂ ਆਪਣੇ ਕੋਈ ਵੱਡਾ ਪਰਿਵਾਰ ਆ, ਛੋਟਾ ਪਰਿਵਾਰ ਆ, ਆਪਣੇ ਘਰ ਲਈ ਆਪਾਂ ਆਪਦਾ ਗੰਢਾ ਲਾ ਲਈਏ ਬਿਨਾਂ ਰੇਹ ਸਪਰੇਅ ਤੋਂ ਲਾ ਲਈਏ, ਉਹਦੇ ਲਈ ਕੋਈ ਸਪੈਸ਼ਲ ਤੁਸੀਂ ਮੈਸੇਜ ਦੇਣਾ ਚਾਹੋਗੇ? ਮੈਸੇਜ ਸਭ ਤੋਂ ਪਹਿਲਾਂ ਤਾਂ ਰੂੜੀ ਆ ਆਪਣੀ ਘਰ ਦੀ, ਸਾਲ ਪੁਰਾਣੀ, ਹਾਂਜੀ, ਜਾਂ ਵਰਮਿੰਗ ਕੰਪੋਸਟ ਮਿਲ ਜਾਂਦੀ ਹੈ, ਠੀਕ ਹੈ ਜੀ, ਤੇ ਦੂਜੇ ਨੰਬਰ ਤੇ ਆ ਗਿਆ ਆਪਣਾ ਜਿਵੇਂ ਫੰਗਸ ਤੋਂ ਖੱਟੀ ਲੱਸੀ ਹੋ ਗਈ, ਹਾਂਜੀ, ਪੁਰਾਣੀਆਂ ਪਾਥੀਆਂ ਦਾ ਪਾਣੀ ਛਿੜਕ ਲਓ, ਠੀਕ ਹੈ, ਗਰੋਥ ਦੇ ਲਈ, ਗਰੋਥ ਵਾਸਤੇ ਬਹੁਤ ਵਧੀਆ ਪਿਆਜ, ਮੰਨ ਲਓ ਇਹ ਜਿਹਦੇ ਬਰਾਬਰ ਕੈਮੀਕਲ ਦੇ ਬਰਾਬਰ ਝਾੜ ਆ ਤੇ ਸਟੋਰੇਜ ਉਦੋਂ ਵੱਧ ਹੈ ਔਰਗੈਨਿਕ ਵਾਲੇ, ਠੀਕ ਹੈ ਜੀ, ਇਹਦੇ ਵਾਸਤੇ ਕਾਫੀ ਕਿਸਾਨ ਜੁੜੇ ਨਾਲ ਦੱਸਦੇ, ਉਹ ਕਹਿੰਦੇ ਇਹਦਾ ਘਰ ਦੀ ਚੀਜ਼ ਆ ਆਪਣੀ, ਠੀਕ ਹੈ ਜੀ, ਤੇ ਕੋਈ ਖਰਚਾ ਨਹੀਂ ਤੇ ਸਟੋਰੇਜ ਵੱਧ, ਟੇਸਟ ਵੀ ਵਧੀਆ ਸਾਰਾ, ਠੀਕ ਹੈ ਜੀ। ਗੰਢੇ ਤੋਂ ਇਲਾਵਾ ਹੋਰ ਕਿਹੜੀ ਨਰਸਰੀ ਵੱਲ ਤੁਸੀਂ ਜ਼ਿਆਦਾ ਰੁਚੀ ਰੱਖਦੇ ਹੋ ਤਿਆਰ ਕਰਨ 'ਚ? ਰੁਚੀ ਸਾਰੇ ਬਰਾਬਰ ਹੀ ਆ ਜੀ ਸੀਜ਼ਨ ਦੇ ਹਿਸਾਬ ਨਾਲ, ਠੀਕ ਹੈ ਜੀ, ਜਿਵੇਂ ਮੰਨ ਪਹਿਲਾਂ ਆਪਣੇ ਫੁੱਲ ਗੋਭੀ ਆ ਗਈ ਸਾਡੇ ਏਰੀਏ ਕੋਟਕਪੂਰੇ ਦੇ ਨੇੜੇ ਕਾਫੀ ਲੱਗਦੀ ਹੈ ਜੀ, ਹਾਂਜੀ, ਗੋਭੀਆਂ ਸਾਰੀਆਂ ਹੀ ਹੈ, ਫੁੱਲ ਗੋਭੀ, ਬੰਦ ਗੋਭੀ,
ਠੀਕ ਹੈ, ਇਹਨੂੰ ਲੋਕ ਜਾਣਦੇ। ਜਿਹੜੀ ਗੰਢ ਗੋਭੀ ਤੇ ਬਰੋਕਲੀ ਆ ਤੁਹਾਡੀ, ਜਿਵੇਂ ਗੱਲ ਤੁਸੀਂ ਕਿਹਾ ਜਾਣਕਾਰੀ ਨਾਲ ਅਸੀਂ ਜਾਣਕਾਰੀ ਦੇ ਦੇ ਕੇ, ਹਾਂਜੀ ਨੂੰ ਇਹ ਨਹੀਂ ਪਤਾ ਸੀ ਵੀ ਬਰੋਕਲੀ ਵੀ ਗੋਭੀ 'ਚ ਆਉਂਦੀ ਹੈ ਜਾਂ ਗੰਢ ਗੋਭੀ ਗੋਭੀ ਹੈ। ਹਾਂਜੀ, ਉਹ ਦੋ ਚੀਜ਼ਾਂ। ਹਾਂ, ਜੇ ਕੋਈ ਵੱਡੇ ਪੱਧਰ ਤੇ ਬਰੋਕਲੀ ਲਾ ਲਏ ਉਹਨੂੰ ਵੇਚਣ ਦੀ ਪ੍ਰੋਬਲਮ ਆ ਜਾਣੀ ਕਿਉਂਕਿ ਉਹਦੇ ਗਾਹਕ ਘੱਟ ਹੁੰਦੇ ਆ ਜੀ। ਤੇ ਬਾਕੀ ਇਹ ਐਵੇਂ ਵੀ ਹੋ ਜਾਂਦੀ, 100 ਬੂਟਾ ਗੋਭੀ ਦਾ ਮੰਗ ਰਿਹਾ, ਹਰ ਰੋਜ਼ ਖਾਧਾ ਨਹੀਂ ਜਾਂਦਾ, ਤਿਆਰ ਹੋ ਗਏ ਫੁੱਲ 8-10 ਦਿਨਾਂ 'ਚ ਉਹ ਖਰਾਬ ਹੋਣ ਲੱਗ ਜਾਂਦੇ। ਹਾਂਜੀ ਬਿਲਕੁਲ, ਅਸੀਂ ਕਹਿੰਦੇ ਵੀ ਤੁਸੀਂ 50 ਲੈ ਲਓ ਫੁੱਲ ਗੋਭੀ ਦੇ, ਠੀਕ ਹੈ ਜੀ। ਦੂਜੇ ਵਿੱਚ 20-25 ਉਹ ਕਰ ਲਓ, ਤੁਹਾਡਾ ਡੇਲੀ ਨਾਲ ਟੇਸਟ ਪਤਾ ਰਹੂ, ਨਾ ਤੁਹਾਡਾ ਮਨ ਨਹੀਂ ਅਕਦਾ, ਨਾ ਉਹ ਖਰਾਬ ਨਹੀਂ ਹੁੰਦੇ। ਠੀਕ ਹੈ ਜੀ। ਇਹ ਬਰੋਕਲੀ ਬਾਰੇ ਗੰਢ ਗੋਭੀ ਪਤਾ ਹੀ ਨਹੀਂ ਸੀ, ਮੰਨ ਲਓ ਆਪਾਂ 2-3 ਸਾਲਾਂ ਤੋਂ ਹੀ ਲੋਕਾਂ ਨੂੰ ਪਤਾ ਲੱਗਣ ਲੱਗੇ। ਠੀਕ ਹੈ ਜੀ। ਜਿਹੜੀਆਂ ਸੀਜ਼ਨਲ ਬੱਲਾਂ ਦੀਆਂ ਸਬਜ਼ੀਆਂ ਲੱਗਦੀਆਂ, ਜਿਹੜੀਆਂ ਸਿਆਲਾਂ ਦੇ ਵਿੱਚ ਲੱਗਦੀਆਂ ਆਮ ਤੌਰ 'ਤੇ, ਸਰਦੀਆਂ ਵਿੱਚ ਲੱਗਣ ਵਾਲੀਆਂ ਜਿੰਨੀਆਂ ਵੀ ਸਬਜ਼ੀਆਂ ਤਾਂ ਉਹ ਰੂਟ ਫਰੂਟ ਜ਼ਿਆਦਾ ਹੁੰਦੀਆਂ, ਧਰਤੀ ਦੇ ਵਿੱਚ ਉਹਨਾਂ ਦਾ ਫਰੂਟ ਜ਼ਿਆਦਾ ਲੱਗਦਾ ਜਾਂ ਬਾਹਰ ਲੱਗਦਾ, ਜਾਂ ਛੋਟੇ ਸਾਈਜ਼ ਦੀਆਂ ਹੁੰਦੀਆਂ, ਬੱਲਾਂ ਵਾਲੀਆਂ ਘੱਟ ਹੁੰਦੀਆਂ, ਪਰ ਗਰਮੀ ਦੀਆਂ ਜਾਂ ਬਹਾਰ ਉੱਦੀਆਂ ਜਿੰਨੀਆਂ ਵੀ ਸਬਜ਼ੀਆਂ ਹੈਗੀਆਂ ਉਹ ਬੱਲਾਂ ਦੇ ਉੱਪਰ ਲੱਗਦੀਆਂ। ਬੱਲਾਂ ਦੀ ਕਿਹੜੀ ਕਿਹੜੀ ਨਰਸਰੀ ਤਿਆਰ ਕਰਦੇ ਹੋ? ਬੱਲਾਂ ਦੀ ਆਪਣੇ ਕੱਦੂ ਆ ਗਿਆ ਜੀ, ਬੱਲਾਂ ਹੋ ਗਈਆਂ, ਤੋਰੀ, ਪੀਲੀ ਤੋਰੀ, ਕਾਲੀ ਤੋਰੀ, ਹਾਂਜੀ, ਤੇ ਕਰੇਲਾ, ਖੀਰਾ, ਝਾੜ ਕਰੇਲਾ, ਠੀਕ ਹੈ ਜੀ, ਪੇਠੇ, ਸਾਰੀਆਂ ਹੀ ਬੱਲਾਂ ਆਪਣੇ ਕੋਲ ਹੈਗੀ। ਠੀਕ ਹੈ ਜੀ। ਕਿਸਾਨ ਭਰਾਵੋ, ਮੇਰਾ ਖਿਆਲ ਵੀ ਤੁਹਾਨੂੰ ਜਾਗ ਲੱਗ ਗਿਆ ਹੋਵੇਗਾ ਕਿ ਇਹਨਾਂ ਦੇ ਜਿਹੜੇ ਪ੍ਰੇਰਨਾ ਸਰੋਤ ਆ ਉਹ ਕਿਸਾਨ ਹੀ ਆ, ਅਤੇ ਕਿਸਾਨਾਂ ਦੇ ਲਈ ਇਹ ਸਰਵਿਸ ਕਰ ਰਹੇ ਆ। ਜਿਹੜਾ ਇੱਕ ਕੁਆਲਿਟੀ ਦਾ ਪ੍ਰੋਡਕਟ ਤਿਆਰ ਕਰਨਾ ਉਹ ਵੀ ਅੱਜ ਕੱਲ੍ਹ ਮਾਇਨੇ ਰੱਖਦਾ, ਕਿਉਂਕਿ 5 ਰੁਪਏ ਦੀ ਥਾਂ 'ਤੇ 7 ਰੁਪਏ ਲੱਗ ਸਕਦੇ ਆ, ਪਰ 7 ਰੁਪਏ ਲਾ ਕੇ ਪਛਤਾਉਣਾ ਨਾ ਪਵੇ ਅਤੇ 5 ਰੁਪਏ ਲਾ ਕੇ ਮੱਥੇ ਨੂੰ ਹੱਥ ਮਾਰਨਾ ਪਵੇ, ਇਹ ਵੀ ਆਪਾਂ ਨੂੰ ਗੱਲ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜਦੋਂ ਆਪਾਂ ਨੇ ਸੁਸਾਇਟੀ ਦੇ ਵਿੱਚ ਸਟੈਂਡ ਕਰਨਾ ਹੁੰਦਾ। ਅਤੇ ਵੀਰ ਜੀ, ਤੁਸੀਂ ਸਮਾਂ ਕੱਢਿਆ, ਤੁਸੀਂ ਆਪਣੇ ਫਾਰਮ ਦੀ ਜਿਹੜੀ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ, ਆਪਣੀਆਂ ਗੱਲਾਂ ਰੱਖੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਧੰਨਵਾਦ।